ਸੋ ਮੈਨੂੰ ਬਹੁਤ ਦੁੱਖ ਹੈ ਕਿ ਮੇਰੇ ਰਾਜ ਦਾ ਇੱਕ 21 ਸਾਲ ਦਾ ਨੌਜਵਾਨ ਸ਼ੁਭਕਰਨ ਅੱਜ ਇਸ ਦੁਨੀਆ 'ਚ ਨਹੀਂ ਰਿਹਾ। ਪਰ ਸ਼ੁਭਕਰਨ ਦੇ ਪਰਿਵਾਰ ਨਾਲ ਮੈਂ ਹਮਦਰਦੀ ਪ੍ਰਗਟ ਕਰਦਾ। ਮੈਂ ਸ਼ੁਭਕਰਨ ਨੂੰ ਵਾਪਸ ਤਾਂ ਲਿਆ ਨਹੀਂ ਸਕਦਾ, ਪਰ ਇੰਨਾ ਕੁ ਮੈਂ ਅਸ਼ੋਰ ਕਰ ਸਕਦਾ, ਇੰਨਾ ਕੁ ਮੈਂ ਗਰੰਟੀ ਦਿੰਦਾ ਕਿ ਇਸ ਪਰਿਵਾਰ ਦੇ ਨਾਲ ਖੜੂੰਗਾ, ਆਰਥਿਕ ਤੌਰ 'ਤੇ ਵੀ, ਸਮਾਜਿਕ ਤੌਰ 'ਤੇ ਵੀ, ਕਿਉਂਕਿ ਦੋ ਭੈਣਾਂ ਨੇ ਅਤੇ ਜੋ ਵੀ ਪਰਿਵਾਰ ਨੂੰ ਚਾਹੀਦਾ ਹੋਊਗਾ ਆਰਥਿਕ ਸਹਾਇਤਾ ਵੱਧ ਤੋਂ ਵੱਧ, ਕਿਉਂਕਿ ਦੋ ਕਿੱਲਿਆਂ ਦਾ ਮਾਲਕ ਸ਼ੁਭਕਰਨ ਕੋਈ ਫੋਟੋਆਂ ਖਿਚਾਉਣ ਨਹੀਂ ਆਇਆ ਸੀ, ਕੋਈ ਵੀਡੀਓ ਬਣਾਉਣ ਨਹੀਂ ਆਇਆ ਸੀ, ਉਹ ਆਪਣੇ ਦੋ ਕਿੱਲਿਆਂ ਨੂੰ ਬਚਾਉਣ ਆਇਆ ਸੀ, ਜਾਂ ਦੋ ਕਿੱਲਿਆਂ ਦੀ ਕਮਾਈ ਦਾ ਮੁੱਲ, ਜਿਹੜੀ ਫਸਲ ਹੈ ਉਹਦਾ ਮੁੱਲ ਮੰਗਣ ਆਇਆ ਸੀ। ਇਸ ਮਾਮਲੇ 'ਚ ਪੰਜਾਬ ਸਰਕਾਰ ਬਿਲਕੁਲ ਕਿਸਾਨਾਂ ਦੇ ਨਾਲ ਖੜ੍ਹੀ ਹੈ।